ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਭਰਾ ਅੰਬਸ਼ ਚਿਰਾਗ ਵੱਟੂ। ਅੱਜ ਜਨਾਬ ਤੁਹਾਨੂੰ ਜਨਾਬ 85 ਦਿਖਾ ਰਿਹਾ ਜੀ, 2022 ਮਾਡਲ ਹੈ ਜੀ। ਅੱਜ ਅਸੀਂ ਪੱਤਰੀ ਦਿਖਾਉਂਦੇ ਤੁਹਾਨੂੰ, ਅਤੇ ਬਾਕੀ ਜਨਾਬ ਟਰੈਕਟਰ ਨਵਾਂ ਹੀ ਹੈਗਾ। ਬਾਕੀ ਸਫਾਈ ਕੋਲ ਪੁੱਛਣੇ ਆ ਜੀ, ਇਹ ਚਲਾ ਰਹੇ ਨੇ ਅਤੇ ਕਿਹੜਾ ਚੱਲ ਰਿਹਾ। ਬਾਕੀ ਮੈਨੂੰ ਵੇਖਣ ਟਰੈਕਟਰ ਦੀ ਪੇਂਟ ਕੁਆਲਿਟੀ ਥੋੜ੍ਹੀ ਜਿਹੀ ਅੱਛੀ ਨਹੀਂ ਲੱਗ ਰਹੀ। ਰਿਮਾਂ ਦਾ ਅਤੇ ਸ਼ੋਅ ਦਾ ਤਾਂ ਸਹੀ ਹੈ, ਟਾਇਰ ਜਨਰਲ ਦਿੱਤੇ ਹੋਏ ਨੇ ਜੀ। ਠੀਕ ਹੈ ਜੀ, ਅਤੇ ਆਹ ਜਨਾਬ ਕਾਬਲੇ, ਪਹਿਲੇ ਬਿਲਕੁਲ ਬਰਾਬਰ ਹੁੰਦਾ ਸੀ ਨੱਟ, ਹੁਣ ਥੋੜ੍ਹਾ ਜਿਹਾ ਵੱਡਾ ਲਾਏ ਗਏ ਨੇ। ਪਲੇਟ ਪਲੂਟ ਪਾ ਅਗਰ ਲਾਵਣ ਰਿਮ ਤਾਂ ਅੱਛੀ ਕਸਾਈ ਹੋ ਜਾਂਦੀ। ਅਤੇ ਪਿੰਨੇ ਵਾਲੀ ਹੁੱਕ ਲੱਗੀ ਹੋਈ ਜੀ, ਟਰੈਕਟਰ ਨਾਪ ਧੋ ਕੇ ਗਰੀਸ ਵਗੈਰਾ ਕਰਵਾ ਕੇ ਆ ਰਹੇ ਸੀ। ਅਤੇ ਬਾਕੀ ਜਨਾਬ ਤੁਹਾਡੇ ਭਾਈਜਾਨ ਨਾਲ ਗੱਲਬਾਤ ਕਰਾਵਾਂਗੇ ਜੋ ਇਹਨੂੰ ਚਲਾ ਰਹੇ ਨੇ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ ਜੀ ਭਾਈ ਜਾਨ। ਭਾਈ ਤੁਹਾਡਾ ਨਾਮ ਕੀ ਹੈ? ਚੌਧਰੀ ਜਾਜ ਜੀ। ਭਾਈ ਜਾਜ, ਤੁਸੀਂ ਇਹ 85 ਲੈਣ ਨੂੰ ਕਿੰਨੇ ਕੁ ਦਿਨ ਹੋਏ ਨੇ ਤੁਹਾਡੇ? ਇਹਨਾਂ ਨੂੰ ਭਾਈ ਜਾਨ ਹੋ ਗਿਆ ਨੇ ਤਕਰੀਬਨ 3.5 ਮਹੀਨੇ। ਅਤੇ ਕਿਹੜਾ ਚੱਲ ਰਿਹਾ? ਅਤੇ ਬਾਕੀ ਕੋਈ ਟੈਨਸ਼ਨ ਵਗੈਰਾ ਤਾਂ ਨਹੀਂ ਹੋਈ ਫਿਲਹਾਲ? ਨਹੀਂ, ਫਿਲਹਾਲ ਤਾਂ ਕੋਈ ਟੈਨਸ਼ਨ ਟੁਨਸ਼ਨ ਨਹੀਂ। ਠੀਕ ਹੈ ਜੀ। ਅਤੇ ਭਾਈ ਜਾਨ, ਤੁਸੀਂ ਕੋਈ ਦੱਸਣਾ ਚਾਹੋਗੇ? ਕਹਿੰਦੇ ਕੋਈ ਚੀਜ਼ ਤਬਦੀਲੀ ਹੋਣੀ ਚਾਹੀਦੀ ਹੈ। ਅਸੀਂ ਤਾਂ ਲਿਆ ਪਹਿਲੀ ਵਾਰੀ 85। ਅੱਛਾ, ਅਸੀਂ ਫੀਅਰ ਚਲਾਈਦਾ ਸੀ। ਠੀਕ ਹੈ, ਕਿਉਂਕਿ ਹੁਣ ਅਸੀਂ ਇਹ ਲਾਂਗੇ, ਪਤਾ ਲੱਗਿਆ ਲੋਕਾਂ ਕੋਲੋਂ, ਅਤੇ ਉਹਦੇ ਮੁਤਲਕ ਫਿਰ ਜ਼ਿਆਦਾ ਜਿਹੜਾ ਬੰਦੇ ਨੇ ਯੂਜ਼ ਕੀਤਾ ਉਹਨਾਂ ਨੂੰ ਪਤਾ ਹੈਗਾ। ਅਤੇ ਇਹਦੀ ਮਿਆਰ ਕੁਆਲਿਟੀ ਦੇ ਬਾਰੇ ਕੀ ਕਹੋਗੇ? ਜਿਹੜਾ ਮਿਆਰ ਹੈ ਨਾ, ਉਹ ਅੱਗੇ ਨਾਲੋਂ ਘੱਟ ਹੈਗਾ। ਅਗਲੇ ਜਿਹੜੇ ਪੁਰਾਣੇ ਟਰੈਕਟਰ ਸੀ ਉਹਨਾਂ ਦਾ ਮਿਆਰ ਅੱਛਾ ਸੀ। ਇਹਨਾਂ ਦੀਆਂ ਚੀਜ਼ਾਂ ਨਾਜ਼ੁਕ ਨੇ, ਆ ਵੇਖੋ ਨਾ, ਹਲਕੀਆਂ ਚੀਜ਼ਾਂ ਲਾਈਆਂ ਨੇ ਅੱਛੀ। ਮਰਗਾੜ ਮਤਲਬ ਅੱਗੇ ਨਾਲ ਹੋਲੇ ਨੇ, ਹਲਕੇ ਨੇ। ਇਹ ਕੰਪਨੀ ਨੂੰ ਚਾਹੀਦਾ ਹੈ ਵੀ ਥੋੜ੍ਹਾ ਜਿਹਾ ਇਹਦੇ 'ਤੇ ਬਿਹਤਰੀ ਕਰੇ। ਚਲੋ, ਬਹੁਤ ਬਹੁਤ ਸ਼ੁਕਰੀਆ ਭਾਈ ਜਾਨ। ਅੱਛਾ ਦੋਸਤੋ, ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ। ਅੱਲਾ ਹਾਫਿਜ਼।